ਹੈਲੋ। ਹੈਲੋ। ਹਾਂ ਦੇ ਬੇ, ਹਾਂਜੀ ਹਾਂਜੀ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਮੇਰਾ ਕੱਲ ਫੋਨ ਨਹੀਂ ਚੁੱਕਿਆ, ਪਹਿਲਾਂ ਤੇ ਇਹ ਭਾਜੀ ਗੱਲ ਦੱਸੋ। ਭਾਈ ਸਾਹਿਬ, ਪਹਿਲਾਂ ਸਰ ਮੈਂ ਇਹ ਗੱਲ ਦੱਸਦਾ ਕਿ ਮੇਰਾ ਜੇਬਾ ਨਹੀਂ ਹੈਗਾ ਤੇ ਫੋਨ ਚੁੱਕਣ ਦੀ ਗੱਲ ਇਹ ਹੈਗੀ ਜੀ ਕਿ ਮੈਂ ਕੱਲ ਅੰਮ੍ਰਿਤਸਰ ਸੀ ਤੇ ਅੰਮ੍ਰਿਤਸਰ ਐਤਵਾਰ ਸਾਰੀਆਂ ਦੁਕਾਨਾਂ ਬੰਦ ਹੁੰਦੀਆਂ ਜੀ। ਹੁਣ ਤੁਸੀਂ ਦੱਸੋ ਤੁਸੀਂ ਕੌਣ ਬੋਲਦੇ ਕੀ ਜੀ? ਮਤਲਬ ਹੈ ਮੇਰੀ ਗੱਲ ਸੁਣ ਲਾ ਦੇ ਪਿਆ। ਮੈਂ ਤੈਨੂੰ ਪਤਾ ਮੈਂ ਕੌਣ ਬੋਲਦਾ ਵਾ, ਸਾਡਾ ਬੱਕਰਾ ਬੱਕਰੀ ਦੇ ਰੇ, ਸਾਡਾ ਵਿਆਹ ਆ ਗਿਆ ਈ, ਤੂੰ ਪਠੋਰੇ ਲੈ ਹੀ, ਹੁਣ ਤੂੰ ਮੁੱਕਰਨ ਲਿਆਈ। ਉਹ ਵੀਰ ਅੱਜ ਮੈਂ ਬੇਬਾ ਨਹੀਂ ਹੈਗਾ, ਵਿੱਕੀ ਨਰੂਲਾ ਜੀ ਮੇਰਾ ਨਾਂ, 31 ਨੰਬਰ ਦੁਕਾਨ ਜੀ ਆਈਡੀਆ ਮਾਰਕੀਟ ਦੇ ਵਿੱਚ, ਉਹਨਾਂ ਦੀ ਦੁਕਾਨ ਚ, ਜੈਮਾਲਾ ਦੁਕਾਨ ਚ, ਚੂੜੇ ਦੀ ਦੁਕਾਨ ਚ। ਤੁਸੀਂ ਵੀਰ ਜੀ ਫੋਨ ਲਾਇਆ ਕਿੱਥੇ ਜੀ? ਮੇਰੀ ਗੱਲ ਸੁਣ ਲਾ, ਅਸੀਂ ਬਜਰਾੜੀ ਲਾਇਆ ਈ ਫੋਨ, ਮਾਂ ਨਾਲ ਦਾਦੇ ਵੀ ਮੇਰਾ ਦੂਜਾ ਬੱਕਰਾ ਤੇ ਬੱਕਰੀ ਦਾ ਕੀ ਬਣਿਆ, ਚੰਗਾ ਰਹੇਗਾ ਬਾਜੇਗਾ। ਭਾਜੀ ਲਾਗੇ ਬੰਦੇ ਕਹਿੰਦੇ ਨਾ ਪੜ੍ਹੇ ਲਿਖੇ ਨੰਬਰ ਵਿਖਾਓ ਆਪਦਾ, ਤੁਹਾਡਾ ਨੰਬਰ ਲੱਗਾ ਜੀ ਅੰਮ੍ਰਿਤਸਰ। ਮੇਰੀ ਗੱਲ ਗਾਲੀ ਪਿੰਡ ਦਾ ਨਾਂ ਪਹਿਲੀ ਸੁਣਿਆ ਮੈਂ, ਘੱਟੋ ਘੱਟ 2 ਮਹੀਨੇ ਹੋ ਗਏ ਮੈਨੂੰ ਅਬਲ ਤੋਂ, 1.5 ਮਹੀਨਾ ਤਾਂ ਹੋ ਹੀ ਗਿਆ ਨਾ ਫੋਨ ਲਾਉਂਦਿਆਂ ਨੂੰ। ਕਦੀ ਤੇਰੀ ਮੰਮੀ ਚੁੱਕਦੀ ਆ, ਕਦੀ ਤੇਰਾ ਭਰਾ ਚੁੱਕ ਲੈਂਦਾ, ਤੇ ਬਹਾਨੇ ਬਣਾਈ ਜਾਂਦੇ ਆ ਵੀ ਅਸੀਂ ਉਹ ਘਰੇ ਨੀ ਹੈਗਾ, ਉਹ ਬੱਕਰੀਆਂ ਲੈ ਗਿਆ। ਉਹ ਮੇਰੀ ਗੱਲ ਸੁਣ ਲਾ, ਬੱਕਰਾ ਬੱਕਰੀ ਦੇ ਦੇ ਭਾਈ ਜੀ, ਮੇਰੇ ਕੋਲ ਬੱਕਰਾ ਬੱਕਰੀ ਦੇ ਤਾਂ ਮੈਂ ਜ਼ਰੂਰ ਦਿੰਦਾ, ਪਰ ਤੇਰਾ ਨੰਬਰ ਗਲਤ ਲੱਗਿਆ, ਤੇਰਾ ਚੈੱਕ ਕਰਕੇ ਲਾਓ, ਮੈਨੂੰ ਪਹਿਲੀ ਵਾਰ ਤੁਹਾਡਾ ਫੋਨ ਆਇਆ ਜੀ। ਮੈਂ ਕੇਸ ਕਰਦੇ ਲੱਗਾ ਈ, ਤੈਨੂੰ ਮੈਂ ਚਕਾ ਦੇਣਾ ਈ, ਬੱਕਰਾ ਬੱਕਰੀ ਦੇ ਦੇ। ਉਹ ਵੀਰ ਜੀ ਕਹੇ ਕਿਹੋ ਜਿਹੀ ਗੱਲਾਂ ਕਹਿੰਦੇ, ਕੇਸ ਕਿੱਦਾਂ ਹੋ ਜੂਗਾ ਤੁਹਾਡਾ? ਫੋਨ ਤੇ ਚੈੱਕ ਕਰੋ ਤੁਹਾਡਾ ਨੰਬਰ ਲੱਗਾ ਕਿੱਥੇ। ਮੈਂ ਚੈੱਕ ਕੀਤਾ, ਮੈਨੂੰ ਇਹ ਦੱਸ ਵੀ ਉਹਨੇ ਬੱਚੇ ਕਿੰਨੇ ਦਿੱਤੇ ਬੱਕਰੀ ਨੇ, ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਬੁੱਤ ਬੱਕਰੀ ਸੂਫੀ ਸੀ। ਉਹ ਭਰਾ ਵੇਰਿਆ, ਮੈਂ ਅੰਮ੍ਰਿਤਸਰੋਂ ਬੋਲਦਾ ਸੀ, ਮੇਰੇ ਕੋਲ ਨਾ ਤਾਂ ਕੋਈ ਬੱਕਰਾ ਹੀ, ਨਾ ਕੋਈ ਬੱਕਰੀ, ਨਾ ਕੋਈ ਪਠੋਰਾ, ਨਾ ਕੋਈ ਪਠੋਰੀ। ਆ ਦੇਖਿਆ, ਤੂੰ ਮੈਨੂੰ ਇਹ ਸੁਣ, ਤੂੰ ਵੀਰ ਫੜਿਆ ਗਿਆ, ਤੇਰੇ ਮੂੰਹ ਚੋਂ ਪਠੋਰਾ ਪਠੋਰੀ ਨਿਕਲ ਗਈ ਆ, ਜਿਹਦਾ ਮੈਂ ਨਾਮ ਨਹੀਂ ਲਿਆ, ਤੋਰਾ ਤਾਂ ਪਠੋਰੀ ਦਿੱਤੀ ਉਹਨੇ। ਮੈਂ ਦੇਖਿਆ ਚੁੱਪ ਕਰ ਗਿਆ, ਮੈਂ ਤੂੰ ਵੀਰ ਕੱਚਾ ਹੀ, ਤੂੰ ਬੱਕਰਾ ਬੱਕਰੀ ਦੇ ਦੇ ਨਾਲ ਪਠੋਰਾ ਪਠੋਰੀ, ਤੇਰੇ ਮੂੰਹ ਤੋਂ ਨਿਕਲ ਗਿਆ ਵਾ। ਹੁਣ ਮੇਰੇ ਤੋਂ ਤੇਰੇ ਤੇ ਕੇਸ ਕਰ ਸਕਦਾ ਮੈਂ ਸੌਖਾ ਹੀ, ਥਾਣੇ ਮੈਂ ਚੱਲਿਆ ਹੀ। ਕਿਹੜੇ ਪਠੋਰੇ ਯਾਰ? ਮੇਰੇ ਕੋਈ ਪਠੋਰਾ, ਮੈਨੂੰ ਸੌਂ ਲੱਗੇ ਬਾਬਾ ਦੀਪ ਸਿੰਘ ਦੀ, ਮੈਂ ਬਾਬਾ ਦੀਪ ਨੂੰ ਮੰਨਦਾ ਹੈਗਾ, ਮੈਨੂੰ ਕਿਸੇ ਦੀ ਸੌਂ ਦਿੱਤਾ ਦੇ। ਮੇਰੇ ਕੋਲ ਨਾ ਬੱਕਰਾ ਨਾ ਬੱਕਰੀ ਕੋਈ ਨੀ ਹੈਗੀ ਵੀਰ ਜੀ, ਮੇਰੇ ਕੋਲ ਜਾਣ ਕੇ ਮੇਰੇ ਥੱਲੇ ਖੜਾ। ਤੇਰਾ ਭਲਾ ਹੋ ਰਹੀ ਓਏ, ਉਹ ਝੂਠੀਆਂ ਕੰਮ ਤੇ ਕੰਮ ਸੌਂ ਆਣਾ ਖਾ। ਮੇਰੀ ਗੱਲ ਸੁਣ ਲਾ, ਮੈਂ ਤੇਰੇ ਘਰੇ ਕੱਲ ਚਾਪਾ ਮਾਰ ਦੇਣਾ ਸੀ, ਚੰਗਾ ਰਹੇਗਾ ਤੂੰ ਘਰੋਂ ਖਿਸਕ ਜਾਂਦਾ ਈ ਰੋਜ਼, ਜਿੰਦਰਾ ਲੱਗਾ ਨਾ ਤੁਹਾਡੇ ਘਰ। ਦਾਦੇ ਬੱਕਰਾ ਬੱਕਰੀ ਕਿੱਥੇ ਆ ਯਾਰ? ਮੈਂ ਬੱਕਰਾ ਬੱਕਰੀ ਕੀ ਕਰਨਾ ਇਹਦੇ ਕਦੇ ਕਦੇ ਕੁੱਕ ਆਈ ਹੈਗੇ ਰਾਧਾ ਸਵਾਮੀ ਭਾਜੀ, ਪਹਿਲਾਂ ਮੇਰੀ ਗੁੱਸੋ ਗੱਲ ਆਈ ਗਏ ਰਾਧਾ ਸਵਾਮੀ, ਮੇਰੇ ਦਾਦੇ ਨੇ ਨਾਮ ਦਾ ਲਿਆ ਸੀ, ਮੇਰੇ ਭਾਪੇ ਨੇ ਨਾਮ ਦਾ ਲਿਆ ਸੀ, ਅਸੀਂ ਨਾਮ ਦਾ ਲਿਆ ਹੈਗਾ, ਅਸੀਂ ਤੇ ਘਰੇ ਆਂਡਾ ਤੱਕ ਨੀ ਮਾਰਦੇ ਬੱਕਰਾ ਤੁਹਾਨੂੰ ਲਿਆ ਕੇ, ਮੈਂ ਕੀ ਕਰਨਾ ਮਾਮਾ? ਜਿਹੜਾ ਬੱਕਰੀ ਦੁੱਧ ਪੀਣਾ ਉਹ ਕਿਤਨਾ ਪੀ ਲੈਣਾ? ਉਹ ਵੀਰੇ ਅਸੀਂ 35 ਰੁਪਏ ਕਿਲੋ ਦੁੱਧ ਲੈ ਕੇ, 2.5 ਕਿਲੋ ਦੁੱਧ ਲੈ ਕੇ ਆਉਣਾ ਵਾਲੇ ਤੋਂ। ਤੂੰ ਮੰਨ ਗਿਆ ਹੁਣ 35 ਰੁਪਏ ਕਿਲੋ ਦੁੱਧ ਲੈਣਾ ਬੱਕਰੀ ਦਾ ਤੂੰ? ਤੂੰ ਦੁੱਧ ਲੈਂਦਾ, ਮੁੱਲ ਵੀ ਲੈਂਦਾ, ਵੇਚਦਾ ਵੀ ਆ ਤੂੰ, ਲੈਂਦਾ ਲੂੰਦਾ ਨੀ ਤੂੰ ਮੁੱਲ? ਤੁਸੀਂ ਅੱਜ ਕਰੋ, ਤੁਸੀਂ ਅੰਮ੍ਰਿਤਸਰ ਆ ਜਾਓ। ਅੰਮ੍ਰਿਤਸਰ ਆ ਜਾਈਏ ਫਿਰ, ਚੱਲ ਪੁੱਤ ਹਥਿਆਰਾਂ ਨਾਲ ਹੀ ਆਵਾਂਗੇ, ਉਤਰਾ ਨਹੀਂ ਹੋਣਾ। ਨਹੀਂ ਯਾਰ ਹਥਿਆਰ ਐਵੇਂ ਕਿੱਦਾਂ ਲੈ ਕੇ ਆਜੋਗੇ ਹਥਿਆਰ? ਮੇਰਾ ਥੋੜੇ ਦਿਨ ਵਿਆਹ ਖਾ, ਬੁਰਾ ਪ੍ਰਭਾਵ ਪੈਂਦਾ ਨਾ ਫਿਰ। ਹੁਣ ਵਿਆਹ ਵਾਲੀ ਗੱਲ ਵੀ ਨਿਕਲਾਈ, ਇਥੇ ਕਰਕੇ ਤੂੰ ਬੱਕਰੇ ਬੱਕਰੀ ਤੂੰ ਝਟਕਾਉਣ ਨੂੰ ਫਿਰਦਾ? ਮੇਰਾ ਵੀਰ ਬੱਕਰਾ ਬੱਕਰੀ ਦੇ ਦੇ, ਮੇਰੀ ਗੱਲ ਸੁਣ ਲਾ। ਅਸੀਂ ਬੜੇ ਤੰਗ ਹੋਏ ਬਈ। ਤੋਬਾ ਤੋਬਾ ਭਰਾਵਾ, ਮੈਂ ਮੇਰੀ ਗੱਲ ਸੁਣੋ, ਅਸੀਂ ਤਾਂ ਖੇਤ ਲਾਗੇ ਮਾਸੜੇ ਦੇ ਲਾਗੇ ਨੀ ਜਾਂਦੇ, ਘਰੇ ਬਣਾ ਸਕਦੇ ਤੇ ਕੰਮ ਕਰ ਸਕਦੇ? ਮੇਰੀ ਗੱਲ ਸੁਣ ਲਾ, ਤੂੰ ਦਿੱਲੀ ਨੂੰ ਜਾਣਾ? ਜਾਂਦਾ ਦਿੱਲੀ ਨੂੰ? ਹੈਂ, ਜਿਹੜਾ ਚਾਂਪਾ ਦਾ ਕੰਮ ਆ, ਬਿੱਲੇ ਨੂੰ ਬਿੱਲਾ ਜਿਹੜਾ ਬਦਮਾਸ਼ ਆ? ਨਹੀਂ ਭਾਜੀ, ਉਹਨਾਂ ਨੇ ਮੈਂ ਜਾਣਦਾ, ਉਹਨੇ ਗੋਲੀਆਂ ਮਾਰਨਗੇ ਤੇਰੇ ਆਣ ਕੇ। ਹੁਣ ਮੈਨੂੰ ਦੱਸ ਦੇ ਬੱਕਰਾ ਕਿੱਦਾਂ ਦੇਣਾ? ਯਾਰ ਮੈਂ ਨਾ, ਬੰਦੇ ਦੀ ਕੋਈ ਜਾਣ ਦੀ ਮੁਕਤ ਹੈ ਕਿ ਨਹੀਂ ਹੈ ਪਹਿਲਾਂ ਮੈਨੂੰ ਇਹ ਦੱਸੋ, ਤੇ ਬੱਕਰੇ ਮਗਰ ਬੰਦੇ ਨੂੰ ਮਾਰ ਲਓ ਵੀ ਕਿਤੇ ਬੱਕਰਾ ਕੋਈ ਹੈਗੀ ਐ? ਸੋ ਭਾਜੀ ਤੁਹਾਡਾ ਬੱਕਰਾ ਕਿੰਨੇ ਦਾ ਬੱਕਰਾ ਤੁਹਾਡਾ? ਮੈਂ ਆਪਣੇ ਭਾਜੀ ਨਾਲ ਗੱਲ ਕਰਾਂ, ਤੁਹਾਨੂੰ ਪੈਸੇ ਦੇ ਦਿੰਦੇ ਜੇ ਬਹੁਤੀ ਗੱਲ ਹੈਗੀ, ਤੇ ਇਦਾਂ ਕਿੱਦਾਂ ਗੋਲੀਆਂ ਭਰਵਾ ਦੋਗੇ? ਮੈਂ ਖਾਨਾ ਬਦੋਸ਼ ਬੰਦਾ ਓਏ, 60 ਕਿੱਲੇ ਪੈਲੀ ਮੇਰੀ ਨਿਆਈ ਵਾਲੇ ਬੰਨੇ ਦਾ, ਤੂੰ ਕਹਿੰਦਾ ਮੈਂ ਤੋਂ ਪੈਸੇ ਦੇ ਦੂਗਾ, ਕਿਤਨਾ ਪੈਸੇ ਦੇ ਦੇ ਭਾਜੀ? 60 ਜੇ ਤੁਹਾਡੇ 60 ਕਿੱਲੇ ਪੈਲੀ ਹੈ ਤੇ ਇੱਕ ਬੱਕਰਾ ਛੱਡ ਦੋਗੇ ਗਰੀਬ ਨੂੰ, ਜੇ ਕਿਸੇ ਨੇ ਲੈ ਗਿਆ ਤਾਂ ਮੂੰਹ ਕੱਢਿਆ ਬੱਕਰਾ ਹੀ ਉਹ ਬਾਬੇ ਦੇ ਚੜਾਵਾ, ਤੇ ਬਾਬੇ ਦੇ ਮੈਨੂੰ ਥੋੜਾ ਤੁਸੀਂ ਚੜਾਉਣਾ ਵੀ ਜਿਹੜਾ ਮੈਨੂੰ ਗੋਲੀਆਂ ਮਾਰ ਦੇਣੀ ਤੇ ਬੱਕਰਾ ਚੜਾਉਣਾ ਆਪ ਕੇ ਆਪਦਾ? ਵੀਰ ਉਹ ਚੜਨੇ ਬੱਕਰਾ, ਮੇਰੀ ਗੱਲ ਸੁਣ ਲਾ, ਦਾਦੇ ਕਿੱਦਣ ਆਈਏ? ਪਰਸੋਂ ਹੀ ਆ ਜਾਣਾ ਈ, ਪਰਸੋਂ ਆ ਜਾਣਾ ਈ, ਤੇਰੀ ਮੈਂ ਡਿਟੇਲ ਕਢਾਉਣ ਲੱਗੇ, ਮੈਨੂੰ ਪਤਾ ਤੂੰ ਹੋਰ ਕਿਤੇ ਖਿਸਕ ਗਿਆ ਵਾ, ਮੈਂ ਸਾਰੀ ਫੋਨ ਦੀ ਲੋਕੇਸ਼ਨ ਕਢਾ ਕੇ ਤੇਰੇ ਉੱਥੇ ਆਉਣਾ ਈ। ਕਿੱਥੇ ਆਓਗੇ? ਜਿੱਥੇ ਤੇਰਾ ਫੋਨ ਬੋਲਿਆ। ਮੈਂ ਤਾਂ ਆਪਣੀ ਦੁਕਾਨ ਤੇ ਬੈਠਾ ਆ। ਤੇ ਦੁਕਾਨ ਤੇ ਤੈਨੂੰ ਆਣ ਕੇ ਝਟਕਾਰਾਂਗੇ, ਕੋਈ ਪੁੱਛਣਾ ਗਿੱਛਣਾ ਕੁਛ ਨੀ, ਬਸ ਉਹਨੇ ਗੋਲੀਆਂ ਮਾਰਨੀਆਂ, ਪਹਿਲਾਂ ਸ਼ਕਲ ਤੇ ਵੇਖੋਗੇ ਨਾ ਬੰਦਾ ਕਿ ਨਹੀਂ ਹੋਣਾ। ਮੈਂ ਸਿੱਧੀਆਂ ਗੋਲੀਆਂ ਮਾਰਨੀਆਂ ਭਾ, ਮੈਂ ਤੰਗ ਬੜਾ।
ਬੱਕਰਾ ਬੱਕਰੀ ਦੇ ਭਰਾ ਤੇਰੇ ਹਿੱਲ ਗਿਆ ਤੇ ਉਹ ਭਾਜੀ ਮੈਂ ਤੈਨੂੰ ਬੱਕਰਾ ਨਵਾਂ ਲੈਦਾ ਬੱਕਰਾ ਮੈਂ ਉਹੀ ਲੈਣੇ ਮੈਂ ਜਿਥੇ ਮੇਰੇ ਸਿੱਧੇ ਪਾ ਲੈਂਦਾ ਹੋਰ ਕਰਜਾ ਹੋਰ ਕਰਜਾ ਚੁੱਪ ਹੋਰ ਕੀ ਆ ਮੇਰੀ ਗੱਲ ਸੁਣ ਲਾ ਰੋਣ ਵਾਲੇ ਪਖੰਡ ਹੋਰ ਕੇ ਨਾ ਕਰੀ ਮੇਰਾ ਬੱਕਰਾ ਬੱਕਰੀ ਦੇ ਦੇ ਚੰਗਾ ਰਹੇਗਾ ਜਾਂ ਪਠੋਰਾ ਪਠੋਰੀ ਰੱਖ ਲਾ ਸਾਲਿਆ ਥਾਪਾ ਪਾ ਲਿਆ ਤੈਨੂੰ ਦੇ ਕੇ ਮੈਂ ਕਿਹੜਾ ਭਾਜੀ ਗੁਰਪ੍ਰੀਤ ਘੁੱਗੀ ਦੀ ਐਕਟਿੰਗ ਕਰੂੰਗਾ ਮੈਂ ਸੱਚੀ ਰੋਣ ਨਿਕਲ ਲਿਆ ਉਹ ਨਿਕਲੀ ਜਾਵੇ ਅਸੀਂ ਪਰਸੋਂ ਆਉਣਾ ਹੀ ਤੈਨੂੰ ਪੁੱਤ ਅਸੀਂ ਛੋਕ ਦੇਣੇ ਜੇ ਬੱਕਰਾ ਬੱਕਰੀ ਨਾ ਨਿਕਲਿਆ ਤੇਰੇ ਕੋਲੋਂ ਮੇਰੀ ਸੁਣੋ ਪਹਿਲਾਂ ਗੱਲ ਭਾਜੀ ਹੈਲੋ ਮੇਰੀ ਪਹਿਲਾਂ ਗੱਲ ਸੁਣ ਲੋ ਨਹੀਂ ਨਹੀਂ ਭਾਜੀ ਹੁਣ ਬਸ ਜੀ ਓਕੇ ਬਾਏ ਬਾਏ ਮੈਂ ਤੈਨੂੰ ਮੈਂ ਕੱਲਾ ਕੱਲਾ ਹੈਗਾ ਜੀ ਮੈਂ ਗੋਲੀ ਮਾਰਨ ਤੋਂ ਪਹਿਲਾਂ ਵੇਖ ਲਿਓ ਆਣ ਪੁੱਛ ਲਓ ਮੈਂ ਇਹੋ ਜਿਹਾ ਨੀ ਹੈਗਾ ਮੈਂ ਕਦੀ ਕਿਹਾ ਮੇਰੀ ਦੁਕਾਨ ਤੇ ਕੋਈ 5 ਰੁਪਏ ਮੰਗਣਾ ਜੇ ਮੈਨੂੰ 10 ਰੁਪਏ ਦੇਣਾ 10 ਰੁਪਏ ਦੇਣਾ ਫਿਰ ਬੱਕਰਾ ਦੇ ਰੇ ਮੇਰਾ ਜੇ ਮੇਰੇ ਤੋਂ ਬੱਕਰਾ ਹੋਏ ਤੈਨੂੰ ਬੱਕਰਾ ਦਵਾਂ ਤੇਰਾ ਮੈਂ ਬੱਕਰਾ ਬੱਕਰਾ ਹੈ ਕਿਹੜੇ ਰੰਗ ਦਾ ਸੀ ਕਾਲੇ ਰੰਗ ਦਾ ਤੇ ਕਿੱਡਾ ਕੱਦ ਕਿੱਡਾ ਸੀ ਉਹਦਾ ਮੈਂ ਤੈਨੂੰ ਦੱਸਾਂ ਹੁਣ ਮੈਂ ਤੈਨੂੰ ਪਠੋਰੇ ਦਿੱਤੇ ਸੀ ਪੁੱਤ ਬੱਕਰੇ ਬਣ ਗਏ ਹੁਣ ਤੈਨੂੰ ਪਠੋਰੇ ਬੱਕਰਾ ਬੱਕਰੀ ਪਠੋਰੀ ਦੇ ਕਿੰਨੇ ਦਾ ਆਉਂਦਾ ਅੱਜ ਉਂਝ ਤੇ 5-7 ਹਜ਼ਾਰ ਦਾ ਆਇਆ ਪਰ ਮੈਂ ਭਾਜੀ ਉਹ ਲੈਣਾ ਜੇ ਤੁਸੀਂ ਪਠੋਰੇ ਦਿੱਤੇ ਤੁਹਾਨੂੰ ਕੀ ਪਛਾਣ ਤੁਹਾਡਾ ਬੱਕਰਾ ਹੋਊਗਾ ਪਛਾਣ ਭਾਜੀ ਮੈਂ ਨਿਸ਼ਾਨੀ ਇੰਨੀ ਰੱਖ ਸਕਦਾ ਵੀ ਉਹੋ ਹੀ ਆ ਤੇ ਮੈਂ ਚੜਾਉ ਪਹਿਲਾਂ ਗੁਰਦਾਰੇ ਵੀ ਸੱਸਾਂ ਖਾ ਵੀ ਉਹੋ ਆ ਕੇ ਨਹੀਂ ਬੱਕਰੇ ਦੇ ਹੈਲੋ ਹਾਂਜੀ ਹਾਂਜੀ